भूख लगी पहले मम्मी ने और मारता मम्मी घंटा हो गया वाद मारी नु लगता मेरी मम्मी बोली हो गई है मम्मी ये ओ मम्मी ये ओ मम्मी ये लगता है इन्हें निशाना फोन करना पड़ा हाँ पुत्तो मम्मी ये जल्दी जल्दी कोठे पे पहुंच हाँ पुत्तो ओनी 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 बटन जो नपके ना फोन करने ला पर बस गेम खेड चल स्टार्ट लगता इन्हों नहीं सुनना फोन ही करना पैना मुड़के बटन नप के ना कान ला ली अखा खड़ के गिड़ अखा खड़ के गिड़ स्टार्ट लगता इन्हों नहीं सुनना फोन ही करना पैना बटन भी नपया कर यार की करी ना नूर मेरा दिमाग खराब करिए ना तू इधर इधर वेख गेम खेड पहला गेम खेड खेड गेम खेड गेम खेड पहला तू ऐ कहना लगता इन्हों नहीं सुनना फोन ही करना पैना मड़के बटन जन आपके ना तो कर परले पासे लाया कर फोन इधर हाँ वेरी गुड चल 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 खेड गेम खेड अखा कड़ खेड ए स्टार्ट लगता इन्हों नहीं सुनना फोन ही करना पैना लगता लगता नहीं कहना बाली बारी ए स्टार्ट लगता है ना नो नहीं सोना फूड ही करना पड़ा ऊंची बोला कर खेड़ गेम चल स्टार्ट लगता है ना नो नहीं सोना फूड ही करना पड़ा कोई यार नूर है यार बा तन मैं कहने वाली कहता हूँ मैं करना माँ पारले पासे कान लोना बटन भी नप्पे करना फूड तो लाऊं दानी तू आए करके हाँ वेरी गुड चल अखा कट के खेड़ गेम ए स्टार्ट ऊंची बोला कर लगता इन्हों नहीं सुनना फोन ही करना पैना बटन जन आपके मुड़के कान ला लीजिए परले पास अखा कड़े खेड़ चल स्टार्ट उच्ची बोल पा यार आवाज तेरी सुनती नहीं नूर इतने ही बोली जाना ए अखा चल गेम खेड स्टार्ट लगता इन्हों नहीं सुनना फोन करना पैना
ਅੱਖਾਂ ਕੱਢ ਕੇ ਕਹਿ ਸਟਾਰਟ ਮੰਮੀਏ ਜਲਦੀ ਜਲਦੀ ਕੋਠੇ ਤੇ ਪਹੁੰਚ ਉੱਚੀ ਤਨੇ ਮੰਮੀਏ ਜਲਦੀ ਜਲਦੀ ਕੋਠੇ ਤੇ ਪਹੁੰਚ ਐ ਪਹੁੰਚ ਨਹੀਂ ਕਹਣਾ ਪਹੁੰਚ ਉੱਚੀ ਤਨੇ ਪਹੁੰਚ ਹਾਂ ਚੱਲ ਮੰਮੀਏ ਜਲਦੀ ਜਲਦੀ ਕੋਠੇ ਤੇ ਪਹੁੰਚ ਚੱਲ ਮੰਮੀਏ ਜਿਹੜਾ ਤੂੰ ਰਾਤ ਸੁਣਦੀ ਆ ਜੀ ਬਣਾਈ ਅਬ ਮੇਰਾ ਲਾਂਜਾ ਕਰ ਕੈਮਰਾ ਲਾਂਜਾ ਕਰ ਹੇ ਸਟਾਰਟ ਮੰਮੀਏ ਰਾਤ ਜਿਹੜੀਆਂ ਤੂੰ ਸੁਣਦੀ ਆ ਜੀ ਬਣਾਈਆਂ ਸੀ ਉਹ ਬਣਾ ਦੇ ਹੁਣ ਸਟਾਰਟ ਮੰਮੀਏ ਜਿਹੜੇ ਨਾ ਤੂੰ ਰਾਤ ਸੁਣਦੀ ਆ ਜੀ ਬਣਾਈਆਂ ਸੀ ਉਹ ਹੁਣ ਵੀ ਬਣਾ ਲੈ ਹੇ ਸਟਾਰਟ ਹਾਂ ਹਾਂ ਉਹੀ ਉਹੀ ਲਫਾਫੇ ਦੇ ਬਾਹਰ ਕੱਢ ਕੇ ਦੇਖੀ ਫੇਰ ਤੂੰ ਮੈਨੂੰ ਕਹੀ ਮੋਟੇ ਬਾਈ ਇਹ ਜਿਹੜੀ ਮੈਗੀ ਹੁੰਦੀ ਆ ਇਹ ਮੇਲ ਹੁੰਦੀ ਆ ਕਿ ਫੀਮੇਲ ਹੁੰਦੀ ਆ ਹਾਂ ਇਹਨੂੰ ਆਏ ਫੜਦੀ ਹਾਂ ਨੂੰ ਡਿਸ ਨਹੀਂ ਨਿਕਲੇ ਚੱਲ ਹੱਥ ਕੋ ਤਾਂ ਕਰ ਲਫਾ ਬਦਾਂ ਕਰ ਤੇ ਇੱਥੇ ਹਾਂ ਹਾਂ ਚੱਲ ਕੱਢ ਕੇ ਦੇਖੀ ਚੱਲ ਕੱਢ ਕੇ ਦੇਖ ਮੋਟੇ ਬਾਈ ਇਹ ਜਿਹੜੀ ਮੈਗੀ ਹੁੰਦੀ ਆ ਇਹ ਮੇਲ ਹੁੰਦੀ ਆ ਕਿ ਫੀਮੇਲ ਹੁੰਦੀ ਆ ਫੀਮੇਲ ਹਣੂ ਰਾਂ ਕਹੀ ਐ ਉੱਚੀ ਤੇ ਬੋਲ ਕਰ ਐ ਕੱਢ ਕੇ ਪਹਿਲਾਂ ਵੇਖ ਲਿਆ ਕਰ ਪਹਿਲਾਂ ਐ ਕੱਢ ਕੇ ਪੈਕਟ ਇੱਧਰ ਗਾਲ ਸੌਂ ਲਿਆ ਕਰ ਪਹਿਲਾਂ ਐ ਪੈਕਟ ਕੱਢ ਮੋਟੇ ਬਈ ਅੱਖਾਂ ਕੜੀ ਇਹ ਜਿਹੜੀ ਮੈਗੀ ਹੁੰਦੀ ਆ ਇਹ ਮੇਲ ਮੇਲ ਹੁੰਦੀ ਆ ਫੀਮੇਲ ਹੁੰਦੀ ਆ ਫੀਮੇਲ ਚੱਲ ਮੋਟੇ ਬਈ ਇਹ ਜਿਹੜੀ ਮੈਗੀ ਹੁੰਦੀ ਆ ਇਹ ਮੇਲ ਹੁੰਦੀ ਆ ਕਿ ਫੀਮੇਲ ਹੁੰਦੀ ਆ ਫੀਮੇਲ ਕੀ ਹੁੰਦਾ ਫੀਮੇਲ ਫੀਮੇਲ ਕਹਣਾ ਹੁਣ ਫੀਮੇਲ ਉਹ ਲਫਾਫੇ ਪਾ ਪਰੋ ਉਹ ਫੜਾ ਲਫਾਫਾ ਚੱਲ ਅਮਾਈ ਤੋਂ ਪਹਿਲਾਂ ਪੈਗਾ ਜਸਨ ਇੱਧਰ ਰੱਖ ਜਵਾਗ ਨੂੰ ਹੇ ਚੱਲ ਨੂੰ ਰੱਖ ਕੱਢ ਕੇ ਕਹਣਾ ਨਹੀਂ ਪੂਰਾ ਥੱਲੇ ਲਫਾਫੇ ਚ ਰੱਖਣ ਸਟਾਰਟ ਚੱਲ ਆਏ ਨਹੀਂ ਆਏ ਲਫਾਫੇ ਪਾ ਲਾਂ ਤੂੰ ਹੁਣ ਕਹਿਣਾ ਮੋਟੇ ਬਾਈ ਇਹ ਜਿਹੜੀ ਮੈਗੀ ਹੁੰਦੀ ਆ ਇਹ ਮੇਲ ਹੁੰਦੀ ਆ ਕਿ ਫੀਮੇਲ ਹੁੰਦੀ ਆ ਬੜਾ ਮਗਰ ਨੂੰ ਖੜੇ ਪਿੱਛੇ ਨੂੰ ਪਿੱਛੇ ਨੂੰ ਖੜੇ ਫੀਮੇਲ ਹੁੰਦੀ ਮੇਲ ਹੁੰਦੀ ਆ ਕਿ ਫੀਮੇਲ ਹੁੰਦੀ ਆ ਹੇ ਚੱਲ ਸਟਾਰਟ ਮੋਟੇ ਬਾਈ ਇਹ ਜਿਹੜੀ ਮੈਗੀ ਹੁੰਦੀ ਆ ਇਹ ਫੇਲ ਮੇਲ ਹੁੰਦੀ ਆ ਕਿ ਫੀਮੇਲ ਹੁੰਦੀ ਆ ਮੇਲ ਹੁੰਦੀ ਆ ਕਿ ਫੀਮੇਲ ਹੁੰਦੀ ਆ ਲੈ ਐਨੋ ਕਰ ਥੋੜਾ ਐਨ ਇਹ ਬਸ ਬਸ ਥੋੜਾ ਪਿੱਛੇ ਹੋ ਥੋੜਾ ਬਸ ਚੱਲ ਚੱਲ ਕੱਢ ਲਫਾ ਅੱਖ ਕੱਢ ਕੇ ਰੋਜ 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 ਲਫਾ ਵੇ ਪਾ ਕਨਾ ਖੜੇ ਕਰ ਲੋਟ ਵਿੱਚ ਨਹੀਂ ਤਾਂ ਹਾਂ ਇਹ ਅੱਖ ਕੱਢ ਕੇ ਅੱਖ ਹੀ ਕੱਢ ਹਾਂ ਚੱਲ ਮੋਟੇ ਬਾਈ ਇਹ ਜਿਹੜੀ ਮੈਗੀ ਹੁੰਦੀ ਆ ਇਹ ਮੇਲ ਹੁੰਦੀ ਆ ਕੀ ਮੈਲ ਹੁੰਦੀ ਆ ਰੋਜ ਰੋਜ ਮੋੜ ਹੈ ਅੱਖ ਹੀ ਕੱਢ ਕੇ ਬੋਲੇ ਕਰ ਠੀਕ ਸਟਾਰਟ ਮੋਟੇ ਬਾਈ ਇਹ ਜਿਹੜੀ ਮੈਗੀ ਹੁੰਦੀ ਆ ਇਹ ਮੇਲ ਹੁੰਦੀ ਆ ਕਿ ਫੀਮੇਲ ਹੁੰਦੀ ਆ ਮੈਂ ਦੱਸੂਗਾ ਤੈਨੂੰ ਸਟਾਰਟ ਕਰੂੰ ਚੱਲੀ ਜਾਂਦੀ ਮੈਨੂੰ ਵੀਡੀਓ ਤੁਹਾਨੂੰ ਕਰਨੂਰ ਮੇਰਾ ਚੱਕ ਮੇਰਾ ਇਹ ਸਟਾਰਟ ਮੋਟਿਆ ਜਿਆ ਇਹ ਮੇਲ ਨਹੀਂ ਹੁੰਦੀ ਫੀਮੇਲ ਹੁੰਦੀ ਆ ਭਰਾਵਾ ਇਹ 10 ਮਿੰਟ ਚ ਕਹਿ ਕੇ 10 ਮਿੰਟਾਂ ਚ ਨਹੀਂ ਕਹਿਣਾ 10 ਮਿੰਟਾਂ ਦਾ ਕਹਿ ਕੇ ਆਇਆ ਭਰਾਵਾ ਇਹ 10 ਮਿੰਟਾਂ ਦਾ ਕਹਿ ਕੇ ਘੰਟੇ ਦੀ ਤਿਆਰ ਹੁੰਦੀ ਆ ਚਲ ਅੱਖ ਕੱਢ ਕੇ ਕਰ ਪੂਰੀ ਤੇਜ਼ ਰੋ ਜਾ ਹੁਣ ਤੂੰ ਕਹਿ ਅੱਖ ਕੱਢ ਭਰਾਵਾ 10 ਮਿੰਟ ਦਾ ਕਹਿ ਕੇ ਘੰਟੇ ਦੀ ਤਿਆਰ ਹੁੰਦੀ ਅੱਖ ਕੱਢ ਕੇ ਪੂਰੀ ਅੱਖ ਕੱਢ ਚਲ ਭਰਾਵਾ ਇਹ 10 ਮਿੰਟਾਂ ਤੱਕ ਕਹਿ ਕੇ ਘੰਟੇ ਚ ਤਿਆਰ ਹੁੰਦੀ ਆ ਅੱਖਾਂ ਕੱਢ ਦਾ ਚੱਲ ਉਮੀਦ ਆ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਅਤੇ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਸੰਦੀਪ ਦੂਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ ਸੋ ਮੱਚ